ਸਸਕਲ ਦੋਸਤੋ ਮੈਂ ਕਿਰਨਦੀਪ ਸਿੰਘ ਰਾਏ ਤੇ ਦੋਸਤੋ ਅੱਜ ਮੈਂ ਫੇਰ ਤੁਹਾਡੇ ਲਈ ਇੱਕ ਨਵਾਂ ਵਲੌਗ ਲੈ ਕੇ ਆਇਆ ਤੇ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਇੱਕ ਸੁਪਰ ਬਾਈਕ ਦਿਖਾਵਾਂਗੇ ਤੇ ਗਾਇਸ ਬਾਕੀ ਤੁਸੀਂ ਜੱਜ ਕਰ ਲਿਆ ਹੋਣਾ ਥੰਬਨੇਲ ਤੋਂ ਆਪਾਂ ਕਿਹੜੀ ਬਾਈਕ ਦੀ ਗੱਲ ਕਰ ਰਹੇ ਹਾਂ ਤੇ ਆ ਜਾਓ ਫਿਰ ਆਪਾਂ ਨਵਾਂ ਵਲੌਗ ਸਟਾਰਟ ਕਰਦੇ ਹਾਂ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਗਾਇਸ ਸਾਡੇ ਨਾਲ ਨੇ ਅੱਜ ਪੂਰਵ ਜੀ ਹੋ ਭਾਜੀ ਕੀ ਹਾਲ ਚਾਲ ਨੇ ਆਲ ਗੁੱਡ ਹਾਂਜੀ उस तो बाद फिर मैं अपनी बाइक अपग्रेड की फिर मैं लिते करिश्मा ZMR ZMR लाके उस तो बाद मैं 2-3 साल रखी बट फिर फैमिली च कुछ इश्यूज हो गए सी बाइक्स नू लाके तो फिर कर देने क्या कि इनू सेल आउट कर दे फिर 2014 च मैं अपना करिश्मा ZMR सेल करता सी उस तो बाद बस फिर 2018 च सीधा ही मैं अपग्रेड की फर्स्ट Ducati ओके हां जी तो मतलब क्या जी स्टेप बाय स्टेप बढ़े हो आगे है ना हां जी स्टेप बाय स्टेप ही चलो ठीक है स्कूटर तो शुरू किया सी Ducati Ducati ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਕਿ ਸਾਡੇ ਕੋਲ ਸਿਰਫ ਰੈੱਡ ਪੈਨੀ ਗੈਲੀ ਹੈ ਜੇ ਤੁਸੀਂ ਲੈਣਾ ਚਾਹੁੰਦੇ ਹੋ ਬਟ ਮੇਰਾ ਦਿਲ ਸੀਗਾ ਵਾਈਟ ਲੈਣ ਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਮੇਰੀ ਕਰਿਸ਼ਮਾ ਵੀ ਵਾਈਟ ਸੀਗੀ ਗੱਡੀਆਂ ਵੀ ਮੈਂ ਜਿਹੜੀ ਰੱਖੀ ਹੋਈ ਉਹ ਵੀ ਸਾਰੀ ਵਾਈਟ ਹੀ ਹੈਗੀ ਹੈ ਤੇ ਐਵੇਂ ਕਿਉਂ ਹੈ ਸੌਰੀ ਟੂ ਇੰਟਰਪਟ ਯੂ ਬਟ ਮੈਂ ਪੁੱਛਣਾ ਚਾਹੁੰਦਾ ਵਾਈਟ ਕਲਰ ਹੀ ਕਿਉਂ ਬਸ ਵਾਈਟ ਕਲਰ ਮੈਨੂੰ ਥੋੜਾ ਜਿਹਾ ਮਤਲਬ ਅੱਛਾ ਲੱਗਦਾ ਹੈ ਇਸ ਕਰਕੇ ਹੋਰ ਕੋਈ ਮਤਲਬ ਹੋਰ ਕੋਈ ਰੀਜ਼ਨ ਨਹੀਂ ਹੈ ਪਰ ਵੈਸੇ ਵਾਈਟ ਕਲਰ ਮੈਨੂੰ ਅੱਛਾ ਲੱਗਦਾ ਹੈ ਤਾਂ ਕਰਕੇ ਤੇ ਫਿਰ ਮੈਂ Ducati ਨਾਲ ਗੱਲ ਹੋਈ ਕਹਿੰਦੇ ਕਿ ਰੈੱਡ ਪੈਨੀ ਗਲੇ ਆ ਇਹ ਹੈਗੀ ਮੈਂ ਕਿਹਾ ਕਿ ਨਹੀਂ ਯਾਰ ਮੈਨੂੰ ਵਾਈਟ ਹੀ ਚਾਹੀਦੀ ਹੈ ਫਿਰ ਮੈਂ ਬਹੁਤ ਕਨਫਿਊਜ਼ ਸੀਗਾ ਲਵਾਂ ਨਾ ਲਵਾਂ ਨਾ ਲਵਾਂ ਫਿਰ ਇੱਕ ਦਿਨ ਐਲੈਂਟੇ ਮਾਲ ਫੈਮਿਲੀ ਨਾਲ ਘੁੰਮ ਰਿਹਾ ਸੀ ਤੇ ਅਚਾਨਕ ਮੈਨੂੰ ਫਿਰ ਫੋਨ ਆਇਆ ਉੱਥੋਂ ਗੁੜਗਾਉਂ ਤੋਂ ਕਹਿੰਦੇ ਕਿ ਸਰ ਇੰਡੀਆ ਦੀ ਫਸਟ ਵਾਈਟ ਪੈਨੀ ਗਲੇ ਆ ਰਹੀ ਹੈ ਜੇ ਤੁਸੀਂ ਕਹਿੰਦੇ ਹੋ ਤਾਂ ਤੁਹਾਨੂੰ ਡਿਲੀਵਰ ਹੋ ਸਕਦੀ ਹੈ ਮੈਂ ਮਾਲ 'ਚ ਸੀਗਾ ਉਸ ਟਾਈਮ ਮੈਂ ਕਿਹਾ ਤੂੰ ਬਸ ਬੁੱਕ ਕਰ ਦੇ ਤੈਨੂੰ ਹੁਣੀ ਥੋੜੀ ਦੇਰ 'ਚ ਮੈਂ ਐਡਵਾਂਸ ਪੇਮੈਂਟ ਕਰ ਰਿਹਾ ਤੇ ਫਿਰ ਮੈਂ ਵਾਈਟ ਪੈਨੀ ਗਲੇ ਬੁੱਕ ਕਰਵਾਤੀ ਤੇ ਮਾਰਚ 2018 'ਚ ਤੇ ਅਪ੍ਰੈਲ 2018 'ਚ ਫੋਰਥ ਨੂੰ ਮੈਂ ਇਹ ਲੈ ਕੇ ਆਇਆ ਸੀ ਤੇ ਫਸਟ ਇੰਡੀਆ ਦੀ ਫਸਟ ਵਾਈਟ ਬਾਈਕ ਵਾਈਟ ਪੈਨੀ ਗਲੇ ਓਕੇ ਠੀਕ ਹੈ ਚਲੋ ਠੀਕ ਹੈ ਭਾਈ ਹੋਰ ਮਤਲਬ ਇਸ ਤੇ ਅੰਨੇ ਹੁਣ ਆਪਾਂ ਬਾਈਕ ਤੇ ਹਾਂਜੀ ਹਨਾ ਇਹਦੇ ਬਾਰੇ ਦੱਸੋ ਕੁਝ ਹੈ ਐਕਚੁਅਲ ਨਾਮ ਕੀ ਹੈ ਦਾ ਸਾਰਾ ਡਿਟੇਲ ਦੱਸੋ ਭਾਈ ਇਹ ਮਾਡਲ ਹੈਗਾ Ducati Panigale 959 ਓਕੇ ਇਟਸ ਬੇਸਿਕਲੀ ਅ ਟਰੈਕ ਫੋਕਸ ਬਾਈਕ ਓਕੇ ਤੇ ਆਲਮੋਸਟ 1000 ਸੀਸੀ ਤੇ 160 ਹਾਰਸ ਪਾਵਰ ਠੀਕ ਹੈ ਐਲ ਟਵਿਨ ਇਜ਼ ਅ ਇੰਜਨ ਹੈਗਾ ਇਹਦੀ ਬਹੁਤ ਜ਼ਿਆਦਾ ਟਾਰਕ ਹੈਗੀ ਹੈ ਇਸ ਤੇ ਓਕੇ ਹਾਂਜੀ ਠੀਕ ਹੈ ਤੇ ਫਿਰ ਯਾਰ ਰਾਈਡ ਕੱਢਦੇ ਹੋ ਰੈਗੂਲਰ ਹਾਂ ਅਸੀਂ ਸੰਡੇ ਦੇ ਸੰਡੇ ਸਾਡੀ ਮਾਰਨਿੰਗ ਰਾਈਡ ਹੁੰਦੀ ਹੈ ਬਾਕੀ ਮੈਂ ਪ੍ਰੈਫਰ ਕਰਦੇ ਆ ਲੌਂਗ ਰਾਈਡ ਸੇ ਸਾਡਾ ਬਹੁਤ ਵੱਡਾ ਗਰੁੱਪ ਨਹੀਂ ਹੈ ਛੋਟਾ ਜਿਹਾ ਗਰੁੱਪ ਹੈ ਜਿਸ ਚ ਆਪਾਂ ਸਾਰੇ ਜਿੰਨੇ ਵੀ ਰਾਈਡਰਸ ਨੇ ਵੀ ਆਲ ਲਿਵ ਲਾਈਕ ਅ ਫੈਮਿਲੀ ਮੈਂਬਰਸ ਤੇ ਵੀਕਐਂਡ ਵਾਰੀਅਰਸ ਤੇ ਇੱਕ ਬਾਈਕਰ ਮੈਨੀਅਕਸ ਹੈਗੇ ਆ ਦੋ ਬਾਈਕਿੰਗ ਗਰੁੱਪਸ ਜਿਹੜਾ ਮੈਂ ਜੁਆਇਨ ਕੀਤਾ ਸੀ ਤੇ ਉਹਨਾਂ ਨਾਲ ਹੀ ਸਾਡੀ ਰਾਈਡ ਹੁੰਦੀ ਹੈ ਤੇ ਲੌਂਗ ਰਾਈਡ ਅਸੀਂ ਕਰਦੇ ਆ ਉਸ ਚ 2-3 ਹੀ ਹੁੰਦੀ ਹੈ ਲੋਕੀ ਓਕੇ ਤੇ ਉਹ ਜ਼ਿਆਦਾ ਸਾਨੂੰ ਮਜ਼ਾ ਵੀ ਆਂਦਾ ਤੇ ਉਹ ਮੈਂ ਪ੍ਰੈਫਰ ਵੀ ਹੋਈ ਕਰਦਾ ਹਾਂ ਚਲੋ ਸਹੀ ਹੈ ਹੁਣ ਤੱਕ ਦੀ ਕਿੱਥੇ ਤੱਕ ਰਾਈਡ ਕਰ ਚੁੱਕੇ ਹੋ ਭਾਜੀ ਇਸ ਚ ਮੈਂ ਕਾਫੀ ਲੰਬੀ ਰਾਈਡਸ ਕਰ ਚੁੱਕੇ ਆ ਮੇਰੀ ਫਰਸਟ ਜਿਹੜੀ ਲੌਂਗ ਰਾਈਡ ਮੈਂ ਕੀਤੀ ਸੀ ਉਹ ਆਪਾਂ ਇੱਥੋਂ ਸਿੱਧਾ ਜੈਸਲਮੇਰ ਗਏ ਸੀ ਓਕੇ ਹਾਂਜੀ ਔਨ ਬਾਈਕ ਔਨ ਬਾਈਕ ਠੀਕ ਹੈ ਤੇ ਕੋਈ ਓਪਰਚੁਨਿਟੀਜ਼ ਨਹੀਂ ਫੇਸ ਕੀਤੀਆਂ ਤੁਸੀਂ ਮਤਲਬ ਕਿ ਕੋਈ ਸਪੋਰਟਸ ਬਾਈਕ ਹੈ ਕਿਉਂਕਿ ਐਗਰੈਸਿਵ ਮਤਲਬ ਬੈਠਣ ਦੇ ਤਰੀਕੇ ਆ ਸੀਗਾ ਕਿ ਮਤਲਬ ਐਗਰੈਸਿਵ ਹੁਣ ਵੈਸੇ ਯੂਜ਼ਡ ਹੋ ਚੁੱਕੀ ਸੀ ਲੇਕਿਨ ਜਿਸ ਦਿਨ ਮੈਂ ਗੁੜਗਾਉਂ ਤੋਂ ਜਦ ਮੈਂ ਲੈ ਕੇ ਆਈ ਸੀ ਦੀ ਜਿਸ ਦਿਨ ਮੈਂ ਡਿਲੀਵਰੀ ਲਿੱਤੀ ਸੀਗੀ ਜੀ ਤੇ ਮੇਰੇ ਫੈਮਿਲੀ ਮੈਂਬਰ ਚ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਕਿ ਮੈਂ ਇੱਕ ਬਾਈਕ ਪਰਚੇਸ ਕੀਤੀ ਹੈ ਓਕੇ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਨਾਟ ਇਵਨ ਯਰ ਵਾਈਫ ਨਾਟ ਇਵਨ ਮਾਈ ਵਾਈਫ ਓਕੇ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਠੀਕ ਹੈ ਤੇ ਬਸ ਮੈਂ ਗੁੜਗਾਉਂ ਤੋਂ ਬਾਈਕ ਲਿੱਤੀ ਉਸ ਤੋਂ ਬਾਅਦ ਲੈ ਕੇ ਮੈਂ ਉੱਥੋਂ ਚੰਡੀਗੜ੍ਹ ਆਇਆ
ਤੇ ਬਿਲਕੁਲ ਰੋ ਬਾਈਕ ਸੀਗੀ ਤੇ ਮੇਰਾ ਇੰਨਾ ਐਕਸਪੀਰੀਅੰਸ ਵੀ ਨਹੀਂ ਕਿਉਂਕਿ ਉਸ ਤੋਂ ਪਹਿਲਾਂ ਮੈਂ ਸੁਪਰ ਬਾਈਕ ਚਲਾਈ ਨਹੀਂ ਸੀਗੀ ਤੇ ਜਦ ਤੱਕ ਮੈਂ ਫਿਰ ਰਾਤੀ 11:30 ਵਜੇ ਜਦ ਮੈਂ ਪਹੁੰਚਿਆ ਆਪਣਾ ਚੰਡੀਗੜ੍ਹ ਉਸ ਟਾਈਮ ਤੱਕ ਤਾਂ ਮੇਰੀ ਬੈਕ ਮੇਰੇ ਰਿਸਟ ਮੇਰੇ ਆਰਮਸ ਮੇਰਾ ਸਭ ਕੁਝ ਇਟ ਵਾਸ ਪੇਨਿੰਗ ਲਾਈਕ ਅ ਹੈਲ ਤੇ ਦੂਜਾ ਮੇਰੇ ਜਿੰਨੇ ਥਾਈ ਸੀਗੇ ਸਭ ਕੁਝ ਸੀਗਾ ਪੂਰੀ ਜਲ ਚੁੱਕੇ ਸੀ ਓਕੇ ਹਾਂ ਤੇ ਇਟ ਟੁਕ ਮੀ ਅਰਾਊਂਡ 3 ਵੀਕਸ ਟੂ ਰਿਕਵਰ ਫਿਰ ਮਤਲਬ ਇਹ ਚੀਜ਼ ਇੱਕ ਡਰਾਬੈਕ ਹੀ ਹੈ ਜਾਂ ਵੈਸੇ ਮਜ਼ਾ ਆਉਂਦਾ ਯਾਰ ਇਸ ਚੀਜ਼ ਦੇ ਬਿਲਕੁਲ ਨਈ ਬਾਈਕ ਸੀਗੀ ਇੰਨਾ ਪਤਾ ਵੀ ਨਹੀਂ ਸੀਗਾ ਕਿ ਇਹਦਾ ਰਾਈਡਿੰਗ ਪੋਸਚਰ ਕੀ ਹੋਣਾ ਚਾਹੀਦਾ ਕਿੰਨਾ ਨਹੀਂ ਔਰ ਜਦ ਨਵੀਂ ਬਾਈਕ ਹੁੰਦੀ ਹੈ ਹੀਟ ਵੀ ਥੋੜਾ ਜ਼ਿਆਦਾ ਜੀ ਦਿੰਦੀ ਹੈ ਤੇ ਜਦ ਜੈਸਲਮੇਰ ਗਿਆ ਤਦ ਤੱਕ ਮੈਂ ਫਿਰ ਬਾਈਕ ਨਾਲ ਕਾਫੀ ਫ੍ਰੈਂਡਲੀ ਹੋ ਚੁੱਕਿਆ ਸੀ ਕਾਫੀ ਯੂਜ਼ ਹੋ ਚੁੱਕੀ ਸੀ ਤਾਂ ਮੈਨੂੰ ਪ੍ਰੋਬਲਮ ਨਹੀਂ ਆਈ ਪ੍ਰੋਬਲਮ ਸਿਰਫ ਆਈ ਸੀ ਜਦ ਪੋਕਰਾਨ ਟੂ ਜੈਸਲਮੇਰ ਸੀਗੇ ਹਾਈ ਸਪੀਡ ਤੇ ਸੀਗੇ ਤਦ ਵਿੰਡ ਪ੍ਰੈਸ਼ਰ ਇੰਨਾ ਜ਼ਿਆਦਾ ਸੀਗਾ ਕਿ ਬਾਈਕ ਜ਼ਿਆਦਾ ਫਾਸਟ ਨਹੀਂ ਰਾਈਡ ਕਰ ਪਾ ਰਹੀ ਸੀ ਸੋ ਉਹ ਤੁਹਾਡਾ ਐਕਸਪੀਰੀਅੰਸ ਸੀਗਾ ਮਤਲਬ ਹਾਂ ਉਹ ਮੇਰਾ ਐਕਸਪੀਰੀਅੰਸ ਸੀਗਾ ਉਸ ਤੋਂ ਬਾਅਦ ਇਸ ਤੋਂ ਅਸੀਂ ਮਨਾਲੀ ਵੀ ਗਏ ਹੋਏ ਆ ਮੈਂ ਚਹਿਲ ਵੀ ਗਏ ਆ ਅਸੀਂ ਜਿਮ ਕਾਰਬੇਟ ਨੈਸ਼ਨਲ ਪਾਰਕ ਵੀ ਗਏ ਆ ਓਕੇ ਤੇ ਔਨ ਬਾਈਕ ਔਨ ਬਾਈਕ ਠੀਕ ਹੈ ਠੀਕ ਹੈ ਤੇ ਭਾਈ ਘਰਦਿਆਂ ਦਾ ਕੀ ਰਿਐਕਸ਼ਨ ਬਾਅਦ ਚੋਂ ਬਣਿਆ ਵੀ ਮਤਲਬ ਯਾਰ ਤੁਸੀਂ ਇੰਨਾ ਪੈਸਾ ਲਾ ਦਿੱਤਾ ਬਾਈਕ ਤੇ ਹਨਾ ਪਹਿਲੇ ਤਾਂ ਕਿੰਨੇ ਦਾ ਆਇਆ ਮੈਂ ਇਹ ਵੀ ਕਾਫੀ ਮਹੀਨੇ ਤੱਕ ਦੱਸਿਆ ਨਹੀਂ ਸੀ ਕਿ ਘਰਦਿਆਂ ਨੂੰ ਓਕੇ ਠੀਕ ਹੈ ਕਿ ਨਹੀਂ ਹਾਂ ਵਾਈਫ ਤਾਂ ਨਰਾਜ਼ ਸੀਗੀ ਉਹ ਤਾਂ ਕਾਫੀ ਟਾਈਮ ਰਹੀ ਤੇ ਘਰਦੇ ਵੀ ਬਾਹਰ ਪੁੱਛ ਰਹਿੰਦੇ ਕਿ ਕਿੰਨੇ ਦੀ ਆਈ ਕਿਉਂ ਲਿੱਤੀ ਇਹ ਆਇਆ ਹੋਇਆ ਬਟ ਮੈਂ ਚੁੱਪ ਰਿਹਾ ਬਟ ਇਵੈਂਚੁਅਲੀ ਘਰਦਿਆਂ ਨੂੰ ਤੇ ਵਾਈਫ ਨੂੰ ਜਦ ਪਤਾ ਲੱਗਿਆ ਮੈਂ ਇੰਨੀ ਮਹਿੰਗੀ ਬਾਈਕ ਲਈ ਹੈ ਬਸ ਫਿਰ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇੰਡੀਅਨ ਫੈਮਿਲੀਜ਼ ਨੇ ਕੀ ਹੀ ਰਿਐਕਸ਼ਨ ਹੋਏਗਾ ਸਹੀ ਗੱਲ ਹੈ ਤੇ ਭਾਜੀ ਤੁਸੀਂ ਫਿਰ ਇਸ ਮਤਲਬ ਪ੍ਰੋਫੈਸ਼ਨਲ ਰਾਈਡ ਕੀਤੀ ਹੈ ਜਾਂ ਸ਼ੌਂਕ ਲਈ ਹੈ ਇਹ ਸਿਰਫ ਮੈਂ ਆਪਣਾ ਸ਼ੌਂਕ ਪੂਰਾ ਕਰਨ ਵਾਸਤੇ ਠੀਕ ਹੈ ਲਿੱਤੀ ਹੈ ਬਾਈਕ ਤੇ ਬਸ ਸੰਡੇ ਸੰਡੇ ਰਾਈਡ ਹੋ ਗਈ ਜਾਂ ਫਰੈਂਡਸ ਨਾਲ ਲੌਂਗ ਰਾਈਡ ਪਲਾਨ ਹੁੰਦਾ ਹੈ ਉਹ ਪੂਰਾ ਕਰੀਦਾ ਹੈ ਜਦ ਫ੍ਰੀ ਬੈਠੇ ਹਾਂ ਕੁਝ ਕਿਤੇ ਹੋਰ ਕੋਈ ਕੰਮ ਨਹੀਂ ਤਾਂ ਬਾਈਕ ਚੱਕੀ ਆਪਣਾ ਰਾਉਂਡ ਮਾਰਿਆ ਇੱਕਦਮ ਮਤਲਬ ਮਾਈਂਡ ਫਰੈਸ਼ ਹੋ ਜਾਂਦਾ ਹੈ ਠੀਕ ਹੈ ਤੇ ਬਸ ਇੰਜੋਏ ਕਰਨ ਵਾਸਤੇ ਚਲੋ ਬਹੁਤ ਵਧੀਆ ਭਾਜੀ ਤੇ ਭਾਜੀ ਇਸ ਤੇ ਦੱਸੋ ਐਕਸੈਸਰੀਜ਼ ਕੀ ਐਡ ਆਨ ਕੀਤੀਆਂ ਤੁਸੀਂ ਬਾਈਕ ਚ ਐਕਸੈਸਰੀਜ਼ ਇਸ ਚ ਵੈਸੇ ਜਿਹੜਾ ਸਲੈਂਸਰ ਆਂਦਾ ਸਟਾਕ ਉਹ ਹੁੰਦਾ ਡਬਲ ਬੈਰਲ ਸਲੈਂਸਰ ਤੇ ਉਹ ਮੈਂ ਕਢਾ ਕੇ ਐਸਸੀ ਪ੍ਰੋਜੈਕਟ ਦਾ ਲਵਾਇਆ ਹੈ ਠੀਕ ਹੈ ਤੇ ਇਸ ਚ ਰੇਡੀਏਟਰ ਗਾਰਡ ਨੇ ਓਕੇ ਤੇ ਰੇਡੀਏਟਰ ਨੇ ਉਹਦੇ ਰੇਡੀਏਟਰ ਗਾਰਡ ਮੈਂ ਆਪਣਾ ਇਵੋਟੈਕ ਪਰਫਾਰਮੈਂਸ ਦੇ ਯੂਕੇ ਤੋਂ ਆਰਡਰ ਕੀਤੇ ਹੈ ਉਹ ਮੈਂ ਲਵਾਏ ਹੈ ਆਫਟਰ ਐਕਸੈਸਰੀਜ਼ ਤੇ ਇਹ ਦੋ ਮੇਜਰ ਚੀਜ਼ਾਂ ਹੈ ਜਿਹੜੀ ਮੈਂ ਇਸ ਤੇ ਐਸਸੀਜ਼ ਪਾਈਆਂ ਹੈ ਓਕੇ ਤੇ ਭਾਜੀ ਜਿਵੇਂ ਤੁਸੀਂ ਯੂਕੇ ਤੋਂ ਆਰਡਰ ਕੀਤਾ ਹੈ ਨਾ ਇਹ ਤੇ ਉਹਦੀ ਕਾਸਟ ਕਿੰਨੀ ਕਾ ਚੁੱਕੀ ਹੈ ਭਾਜੀ ਜਿਹੜੇ ਰੇਡੀਏਟਰ ਗਾਰਡਸ ਨੇ ਇਹ ਮੈਨੂੰ ਪੇ ਸੀ ਅਰਾਊਂਡ 12000 ਤੇ 12000 ਹਾਂਜੀ ਓਕੇ ਠੀਕ ਹੈ ਹਾਂਜੀ ਤੇ ਭਾਜੀ ਹੋਰ ਦੱਸੋ ਮਤਲਬ ਇਹ ਐਸਸੀ ਪ੍ਰੋਜੈਕਟ ਕਿੰਨੇ ਦਾ ਪੈ ਗਿਆ ਹੈ ਭਾਜੀ ਐਸਸੀ ਪ੍ਰੋਜੈਕਟ ਵੈਸੇ ਤਾਂ ਹੈਗਾ ਜੇ ਆਪਾਂ ਇੱਥੇ ਲਈਏ ਤੇ 60-65000 ਦੇ ਕਰੀਬ ਹੈਗਾ ਬਟ ਇਹ ਵੀ ਮੈਂ ਬਾਹਰੋਂ ਕਿਸੇ ਤੋਂ ਮੰਗਵਾਇਆ ਸੀਗਾ ਤੇ ਹੱਲੇ ਪੈਸੇ ਮੈਂ ਦਿੱਤੇ ਨਹੀਂ ਕਿਉਂਕਿ ਮੇਰਾ ਬਹੁਤ ਹੀ ਕਲੋਸ ਸੀਗਾ ਜਿਹੜਾ ਮੇਰੇ ਲਈ ਠੀਕ ਹੈ ਠੀਕ ਹੈ ਚਲੋ ਸਹੀ ਹੈ ਭਾਜੀ ਹਾਂਜੀ ਤੇ ਭਾਜੀ ਹੋਰ ਦੱਸੋ ਮਤਲਬ ਜਿਹੜੇ ਯੂਜੂਅਲੀ ਸਪੋਰਟਸ ਬਾਈਕਸ ਦੇ ਟਾਇਰਸ ਹੁੰਦੇ ਨੇ ਹਨਾ ਉਹ ਬਹੁਤ ਮੇਨ ਹੁੰਦੇ ਨੇ ਇਹਦੇ ਬਾਰੇ ਟਾਇਰਾਂ ਬਾਰੇ ਦੱਸੋ ਦੁਕਾਤੀ ਦੇ ਜਿਹੜਾ ਦੇਖੋ ਫਰੰਟ ਜਿਹੜਾ ਟਾਇਰ ਪ੍ਰੋਫਾਈਲ ਹੈ ਉਹ ਤਾਂ ਆਲਮੋਸਟ ਸੇਮ ਹੈ ਉਹ ਤਾਂ ਈਜ਼ੀਲੀ ਮਿਲ ਜਾਂਦਾ ਹੈ ਕਿਉਂਕਿ ਉਹ ਹੈ 120/70/17 ਓਕੇ ਤੇ ਇਹਦਾ ਜਿਹੜਾ ਰੀਅਰ ਟਾਇਰ ਹੈਗਾ ਇਹਦੇ ਪ੍ਰੋਫਾਈਲ ਹੈਗੀ ਹੈ 180/60 ਤੇ 180/60 ਹਰ ਕੰਪਨੀ ਨਹੀਂ ਬਣਾਉਂਦੀ ਇਹ ਪਰੇਲੀ ਚ ਹੀ ਆਂਦੀ ਹੈ ਆਪਣਾ ਡੈਬਲੋ ਰੋਸੋ ਆ ਗਿਆ ਮਾਡਲ ਜਾਂ ਇਹਨਾਂ ਦਾ ਕੋਰਸ ਆ ਸੁਪਰ ਕੋਰਸ ਆ ਓਕੇ ਇਹ ਹੀ ਹੈ ਡੈਬਲੋ ਰੋਸੋ ਦੇ ਜਿਹੜੇ ਆਪਣਾ ਇਹਨਾਂ ਦੇ ਆਂਦੇ ਆ ਟਾਇਰ ਪਿਛਲਾ ਪਕਾਇਆ ਤਾਂ ਉਹਦੀ ਮੁਸ਼ਕਿਲ ਹੁੰਦੀ ਹੈ ਓਕੇ ਹਾਂਜੀ ਰੀਅਰ ਟਾਇਰ ਕਿੰਨੇ ਚਿਰ ਬਾਅਦ ਚੇਂਜ ਕਰਾ ਲੈਣੇ ਹੋ ਤੁਸੀਂ ਟਾਇਰਸ ਭਾਈ ਜਿਹੜਾ ਮੇਰਾ ਫਰਸਟ ਸੈਟ ਸੀਗਾ ਉਹ ਮੇਰਾ ਚੇਂਜ ਹੋ ਗਿਆ ਸੀ ਅਰਾਊਂਡ 6500-7000 ਕਿਲੋਮੀਟਰਸ ਤੇ ਓਕੇ ਤੇ ਹੁਣ ਮੈਂ ਦੂਜਾ ਸੈਟ ਮੇਰਾ ਹੁਣ ਚੇਂਜ ਮੈਂ ਟਾਇਰ ਆਲਰੇਡੀ ਆਰਡਰ ਕੀਤਾ ਹੋਇਆ ਹੈ ਤੇ ਹੁਣ ਮੇਰੀ ਬਾਈਕ 13000 ਚੱਲੀ ਹੈ ਤੇ ਹੁਣ ਮਤਲਬ ਜਿਸ ਤਰ੍ਹਾਂ ਹੀ ਉਹ ਮੇਰਾ ਆ ਜਾਏਗਾ ਸੈਟ ਤੇ ਮੈਂ ਦੂਸਰਾ ਸੈਟ ਵੀ ਚੇਂਜ ਕਰ ਲਾਂਗਾ ਭਾਈ ਹੁਣ ਇਸ ਦੀ ਨਾ ਆਵਾਜ਼ ਸੁਣਾਓ ਸਾਨੂੰ ਜੀ ਐਗਜ਼ੌਸਟ ਦੀ ਸਾਊਂਡ ਤਾਂ ਬਹੁਤ ਸਿਰੇ ਹੈ ਮਤਲਬ ਬਹੁਤ ਘੈਂਟ ਹੈ ਇਹਦਾ ਪਬਲਿਕ ਰਿਸਪੌਂਸ ਕਿਵੇਂ ਹੁੰਦਾ ਹੈ
ਦੇਖੋ ਪਬਲਿਕ ਦੇ ਜਿਨ੍ਹਾਂ ਨੂੰ ਬਾਈਕਸ ਬਾਰੇ ਮਾਲੂਮ ਹੈਗਾ ਤੇ ਉਹਨਾਂ ਨੂੰ ਤਾਂ ਨੌਲੇਜ ਹੈਗੀ ਹੈ, ਅਗਲੇ ਤਾਂ ਮਤਲਬ ਜੋ ਵੀ ਉਹਨਾਂ ਨੇ ਕਮੈਂਟ ਵਗੈਰਾ ਕਰਨਾ ਉਹ ਕਰਨਾ, ਬਟ ਜਿਨ੍ਹਾਂ ਨੂੰ ਬਾਈਕ ਬਾਰੇ ਨਹੀਂ ਮਾਲੂਮ ਉਹ ਜ਼ਰੂਰ ਪੁੱਛ ਰਹੇ ਹੈ ਤੇ ਸਾਊਂਡ ਨੂੰ ਦੇਖ ਕੇ ਦੇਖੋ ਸਾਊਂਡ ਇਹਦਾ ਤੇ ਇਨਲਾਈਨ ਫੋਰਸ ਦਾ ਫਰਕ ਤਾਂ ਹੈਗੀ ਹੈ ਕਿਉਂਕਿ ਇਸ 'ਚ ਉਹ ਸਾਊਂਡ ਨਹੀਂ ਆਉਂਦੀ ਜਿਹੜੀ ਸਾਨੂੰ ਇਨਲਾਈਨ ਫੋਰ 'ਚ ਮਿਲਦੀ ਹੈ, ਬਟ ਇਸ ਨਾਲ ਜਿਹੜੀ ਐਲ ਟਵਿਨਸ ਹੁੰਦੀ ਹੈ ਬਾਈਕ ਇਹਨਾਂ 'ਚ ਟੋਰਕ ਜ਼ਿਆਦਾ ਹੁੰਦਾ ਹੈ ਓਕੇ ਹਾਂ ਐਸ ਕੰਪੇਅਰ ਟੂ ਇਨਲਾਈਨ ਫੋਰ, ਠੀਕ ਹੈ ਮਤਲਬ ਇਸ 'ਚ ਪਾਵਰ ਜ਼ਿਆਦਾ ਹੈ, ਇਹਨਾਂ 'ਚ ਪਾਵਰ ਹੈ ਕਿਉਂਕਿ ਦੇਖੋ ਉਹ ਵੀ 1000 ਸੀਸੀ ਇੰਜਨ ਹੈ, ਉਹ 1000 ਸੀਸੀ ਚਾਰ ਸਿਲੰਡਰਸ ਨੇ ਪਾਵਰ ਦੇਣੀ ਹੈ ਓਕੇ, ਇਹ ਦੋ ਸਿਲੰਡਰ ਨਹੀਂ 1000 ਸੀਸੀ ਪਾਵਰ ਦੇਣੀ ਹੈ ਤੇ ਜੇ ਉਹ 6-7000 ਆਰਪੀਐਮ 'ਚ ਜਿੰਨੀ ਪਾਵਰ ਦੇਣਗੇ ਉਹ ਅਪਰੋਕਸੀਮੇਟਲੀ ਇਹ 3-3500 ਆਰਪੀਐਮ 'ਚ ਹੀ ਉਨੀ ਪਾਵਰ ਦੇ ਦੇਗਾ ਓਕੇ। ਤੇ ਭਾਜੀ ਹੋਰ ਪੁੱਛਣਾ ਸੀ ਇਸ 'ਚ ਪੈਟਰੋਲ ਨਾਰਮਲ ਹੀ ਪੈਂਦਾ ਜਾਂ ਨਾਰਮਲ, ਠੀਕ ਹੈ ਹਾਂਜੀ ਇੱਕੋ ਦੂਜੇ ਵਾਲਾ ਆਉਂਦਾ ਉਹ ਤੁਸੀਂ ਉਹ ਵੀ ਪਾ ਸਕਦੇ ਹੋ, ਉਹ ਵੀ ਤੁਹਾਡੀ ਮਰਜ਼ੀ ਹੁੰਦੀ ਹੈ, ਠੀਕ ਹੈ ਹਾਂਜੀ, ਬਟ ਮੈਂ ਤਾਂ ਇਸ 'ਚ ਨਾਰਮਲ ਪੈਟਰੋਲ ਹੀ ਪਾਉਂਦਾ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਓਕੇ, ਮਤਲਬ ਕੋਈ ਹਾਲ ਤੱਕ ਕੁਛ ਹੈ ਨਹੀਂ ਨਹੀਂ ਸਪੈਸ਼ਲ ਨਹੀਂ, ਠੀਕ ਹੈ। ਤੇ ਭਾਜੀ ਗੱਲ ਸਹੀ ਹੁਣ ਤੱਕ ਕਾਸਟ ਕਿੰਨੀ ਆ ਚੁੱਕੀ ਹੈ ਕੰਪਲੀਟ ਪੈਕੇਜ ਕੰਪਲੀਟ? ਦੇਖੋ ਇਹਦਾ 14,80,000 ਐਕਸ ਸ਼ੋਰੂਮ ਸੀਗਾ ਤੇ ਮੈਨੂੰ ਔਨ ਰੋਡ 16 lakh ਦੀ ਪੈ ਗਈ ਸੀ, ਠੀਕ ਹੈ, ਤੇ ਬਾਕੀ ਦਾ ਇਹਦੀ ਸਰਵਿਸ ਕਾਸਟ ਹੈਗੀ ਹੈ ਉਹ ਮੈਂ ਹਾਲੇ ਤੱਕ ਇਹਦੀ ਟੋਟਲ 3 ਸਰਵਿਸ ਕਰਾਈ ਹੈ ਤੇ 3 ਸਰਵਿਸ ਮਿਲਾ ਕੇ ਮੈਨੂੰ ਤਕਰੀਬਨ 65,000 ਦੇ ਕਰੀਬ ਓਕੇ ਸਰਵਿਸ ਕਾਸਟ ਪੈ ਗਈ ਹੈ, ਤੇ ਐਕਸੈਸਰੀਜ਼ ਟਾਇਰਸ ਚੇਂਜ ਜਿਹੜੇ ਕਰਾਏ ਉਹ ਕਰ ਕਰਾ ਕੇ ਵੀ ਮੇਰਾ ਲੱਖ ਤੋਂ ਉੱਤੇ ਲੱਗ ਚੁੱਕਿਆ ਹੈ ਓਕੇ, ਹਾਂਜੀ ਜੇ ਦੇਖਿਆ ਜਾਏ ਤਾਂ ਮੇਰਾ 20 lakh ਦੇ ਕਰੀਬ ਮੇਰਾ ਪਹੁੰਚ ਜਾਏਗਾ ਓਕੇ। ਹਾਂਜੀ ਤੇ ਭਾਈ ਕੋਈ ਮਤਲਬ ਦਿਲ 'ਚ ਇਹ ਤਾਂ ਨਹੀਂ ਰਿਗਰੈਟ ਤਾਂ ਨਹੀਂ ਹੈ ਯਾਰ ਵੀ ਬਾਈਕ ਲੈ ਲਈ ਹੈ ਨਾ ਖਰਚਾ ਏ ਉਹ ਹੈ ਕੁਝ ਹੁੰਦਾ ਜੇ ਦੇਖੋ ਜੇ ਹੁਣ ਹੱਥੀ ਲਾਉਂਗੇ ਪਾਲਣਾ ਤਾਂ ਪੈਣਾ ਹੀ ਹੈ, ਨਹੀਂ ਇਹ ਤਾਂ ਸਹੀ ਹੈ, ਪਰ ਉਹੀ ਚੀਜ਼ ਹੈ ਕਿ ਹੁਣ ਜੇ ਬਾਈਕ ਲਈ ਹੈ ਤਾਂ ਖਰਚੇ ਵੀ ਤਾਂ ਚੱਕਣਾ ਹੀ ਪੈਗਾ, ਬਟ ਇਹ ਹੈ ਕਿ ਜਦ ਬਾਈਕ ਚਲਾ ਲੈਂਦੇ ਆ ਉਸ ਤੋਂ ਬਾਅਦ ਮਤਲਬ ਇੰਨਾ ਅੱਛਾ ਲੱਗਦਾ ਹੈ ਬੀਇੰਗ ਅ ਰਾਈਡਰ, ਜਿਹੜਾ ਵੀ ਬੰਦਾ ਤੁਹਾਨੂੰ ਰਾਈਡਰ ਮਿਲੇਗਾ ਬਾਈਕਰ ਮਿਲੇਗਾ ਤੁਸੀਂ ਉਹਨੂੰ ਜਦ ਵੀ ਪੁੱਛੋਗੇ ਨਾ ਕਿ ਯਾਰ ਬਾਈਕ ਚਲਾਉਣ ਤੋਂ ਬਾਅਦ ਕੀ ਹੁੰਦਾ, ਅਗਲੇ ਕਹੇਗਾ ਇੱਕ ਸੈਟੀਸਫੈਕਸ਼ਨ ਜੀ ਮਿਲਦੀ ਹੈ, ਮਨ ਸ਼ਾਂਤ ਹੁੰਦਾ ਹੈ, ਮਾਈਂਡ ਫਰੈਸ਼ ਹੋ ਜਾਂਦਾ ਹੈ, ਜੀ 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 ਇਹ ਚੀਜ਼। ਤੇ ਹੁਣ ਘਰ ਦੇ ਸੈਟੀਸਫਾਈ ਨੇ? ਮਾਇਲੇਜ ਕਿੰਨੀ ਹੈ ਸਭ ਤੋਂ ਮੇਨ? ਦੇਖੋ ਭਾਈ ਕੋਈ ਵੀ ਸਪੋਰਟਸ ਕਾਰ ਹੋ ਜਾਂ ਬਾਈਕਸ ਹੋ ਅਸੀਂ ਕਦੀ ਮਾਈਲੇਜ ਦੇ ਦੇਖ ਕੇ ਨਹੀਂ ਲੈਂਦੇ, ਕਦੀ ਚੈੱਕ ਵੀ ਨਹੀਂ ਕਰਦੇ, ਬਟ ਇਹ ਹੈ ਕਿ ਸਿਟੀ 'ਚ ਮੇਰੀ 10-11 ਮਤਲਬ 10-17 liter ਦਾ ਟੈਂਕ ਹੈਗਾ ਜਿਸ ਤੋਂ 4-5 liter ਦਾ ਇਹਦਾ ਰਿਜ਼ਰਵ ਹੈਗਾ, ਤਾਂ ਇੱਕ ਜੇ ਸਿਟੀ ਦੇ ਅੰਦਰ ਮੇਰਾ 100-125 kilometer ਚੱਲ ਜਾਂਦਾ ਹੈ ਟੈਂਕ ਫੁੱਲ 'ਚ, ਤੇ ਹਾਈਵੇ 'ਚ ਮੇਰਾ ਅਪਰੋਕਸੀਮੇਟਲੀ 200 kilometer ਜਿਹੜਾ ਹੈ ਉਹ ਪੂਰੀ ਟੈਂਕ ਫੁੱਲ 'ਚ ਰਨ ਕਰ ਲੈਂਦਾ, ਠੀਕ ਹੈ, ਮਤਲਬ ਕਹਿ ਦਈਏ ਪਾਕਿਟ ਫਰੈਂਡਲੀ ਤੇ ਥੋੜਾ ਜਿਹਾ ਉੱਤੇ ਲਾ ਲਓ ਹੋ ਜਾਂਦਾ ਹੈ ਐਡਜਸਟ, ਹੈ ਨਾ? ਬਸ ਇੱਕ ਟੈਂਕ ਫੁੱਲ ਤੇ 200 kilometer ਵੀ ਚੱਲ ਜਾਏ ਤਾਂ ਵੀ ਬਹੁਤ ਹੈ, ਠੀਕ ਹੈ ਠੀਕ ਹੈ ਠੀਕ ਹੈ। ਤੇ ਸਿਰਫ ਸੰਡੇ ਨੂੰ ਵੀ ਕੱਢਣੀ ਹੈ? ਸਿਰਫ ਸੰਡੇ ਕੱਢਦੇ ਆ ਜਾਂ ਜੇ ਲੌਂਗ ਰਾਈਡ ਤੇ ਜਾਣਾ ਤਾਂ ਜੇ ਮੌਸਮ ਵਧੀਆ ਹੋ ਜਾਏ ਤੇ ਸ਼ਾਮੀ ਪਤਾ ਹੈ ਅੱਜ ਵੀ ਫ੍ਰੀ ਹੈ ਕੰਮ ਤੋਂ ਤੇ ਉਸ ਤੋਂ ਬਾਅਦ ਵੀ ਅਸੀਂ ਬਾਈਕ ਲੈ ਕੇ ਗੇੜੀ ਗੁੜੀ ਮਾਰ ਕੇ ਸਿਟੀ ਰਾਈਡ ਕਰਕੇ ਆ ਜਾਈਦਾ, ਠੀਕ ਹੈ ਠੀਕ ਹੈ ਭਾਜੀ। ਚਲੋ ਭਾਜੀ ਤੇ ਮੈਂ ਇੱਕ ਗੱਲ ਹੋਰ ਪੁੱਛਣੀ ਸੀ ਭਾਜੀ, ਤੁਹਾਡੀ ਆ ਹੈਲਮਟ ਬੜੀ ਸਟਾਈਲਿਸ਼ ਹੀ ਹੈ, ਥੈਂਕ ਯੂ ਭਾਜੀ, ਇਹਦੇ ਬਾਰੇ ਕੁਝ ਦੱਸੋ ਯਾਰ ਵੀ ਇਹ ਕਿਵੇਂ ਕਿੰਨੀ ਕੁ ਚੰਡੀਗੜ੍ਹ? ਹਾਂਜੀ ਚੰਡੀਗੜ੍ਹ ਆਪਣਾ ਐਲਾਂਟੇ ਮਾਲ ਦੇ ਕੋਲ ਰੋਡ ਰਨਰ ਹੈਗਾ ਜੀ, ਤੇ ਉਹ ਬਾਈਕ ਐਕਸੈਸਰੀਜ਼ ਦਾ ਸ਼ੋਰੂਮ ਹੈਗਾ, ਉਸ ਹਰ ਤਰ੍ਹਾਂ ਦੀ ਬਾਈਕ ਹੈਲਮਟ ਐਕਸੈਸਰੀਜ਼ ਵਗੈਰਾ ਸਭ ਕੁਝ ਮਿਲ ਜਾਏਗੀ, ਤੇ ਅਸੀਂ ਉੱਥੇ ਜਾਂਦੇ ਰਹਿੰਦੇ ਆ ਕਾਫੀ ਪੀਣ ਵਾਸਤੇ ਜਦੋਂ ਫ੍ਰੀ ਟਾਈਮ 'ਚ, ਉੱਥੇ ਹੈਲਮਟ ਪਿਆ ਹੋਇਆ ਸੀ ਮੈਨੂੰ ਬਹੁਤ ਸੋਹਣਾ ਲੱਗਿਆ, ਮੈਂ ਲੱਗਿਆ ਮੈਂ ਕਿਹਾ ਮੇਰੇ ਬਾਈਕ ਦੇ ਨਾਲ ਮੈਚਿੰਗ ਵੀ ਹੈਗਾ ਤਾਂ ਕਰਕੇ ਫਿਰ ਇਹ ਮੈਂ ਉੱਥੋਂ ਪਰਚੇਸ ਕੀਤਾ, ਤੇ ਮੈਨੂੰ 14,000 ਦਾ ਓਕੇ, ਠੀਕ ਹੈ ਠੀਕ ਹੈ। ਇਸ ਵੀ ਭਾਜੀ ਇਹ ਸੈਨਿਕ ਵੀ ਮਤਲਬ ਕਨੈਕਟ ਹੋ ਜਾਂਦਾ ਹੈ ਨਾ? ਇਹ ਮੈਂ ਸੇਨਾ ਬਲੂਟੁੱਥ ਵਗੈਰਾ ਇਹ ਕਨੈਕਟੀਵਿਟੀ ਹੈ ਕਿ ਜਿਸ ਤਰ੍ਹਾਂ ਅਸੀਂ ਰਾਈਡਿੰਗ ਕਰਦੇ ਹਾਂ ਤੇ ਜਿਹੜੇ ਮੇਰੇ ਰਾਈਡਿੰਗ ਪਾਰਟਨਰ ਹੈਗਾ ਕਰਨ ਕੰਗ ਹੈਗੇ ਸਾਡੇ ਵੀਕਐਂਡ ਵਾਰੀਅਰ ਦੇ ਵੀ ਐਡਮਿਨ ਹੈ ਓਕੇ, ਤੇ ਉਹ ਤੇ ਮੈਂ ਅਸੀਂ ਹਰ ਲੌਂਗ ਰਾਈਡ ਤੇ ਇਕੱਠੇ ਹੁੰਦੇ ਹਾਂ, ਉਹਨਾਂ ਕੋਲ ਵੀ ਸੇਮ ਸੇਨਾ ਕੰਪਨੀ ਦਾ ਹੀ ਹੈਗਾ, ਤੇ ਸਾਡਾ ਆਪਸ 'ਚ ਮੈਸ਼ ਹੋ ਜਾਂਦਾ ਹੈ ਤੇ ਅਸੀਂ ਜਿਸ ਤਰ੍ਹਾਂ ਜਦ ਰਾਈਡ ਕਰਦੇ ਹੋਏ ਇੱਕ ਦੂਜੇ ਨਾਲ ਅਸੀਂ ਗੱਲ ਵੀ ਕਰ ਲਈਦੀ ਹੈ ਤੇ ਕਨੈਕਟ ਹੋ ਜਾਂਦਾ ਹੈ, ਤੇ ਬਲੂਟੁੱਥ ਕਨੈਕਟ ਹੈ, ਕੋਈ ਫੋਨ ਆਉਂਦਾ ਹੈ ਕੁਛ ਆਉਂਦਾ ਕਿਸੇ ਦਾ ਸੌਂਗ ਸੁਣ ਲੈ ਰਾਈਡ ਹੋ ਗਈ ਤੇ ਕਿਸੇ ਦਾ ਫੋਨ ਆ ਗਿਆ ਉਹ ਅਟੈਂਡ ਹੋ ਜਾਂਦਾ ਹੈ, ਚਲੋ ਤੇ ਦਿੱਕਤ ਨਹੀਂ ਆਉਂਦੀ। ਚਲੋ ਬਹੁਤ ਵਧੀਆ ਭਾਜੀ, ਚਲੋ ਭਾਜੀ ਥੈਂਕ ਯੂ ਸੋ ਮਚ, ਥੈਂਕ ਯੂ ਭਾਜੀ ਫੋਰ ਦੀ ਵੈਲਿਊਬਲ ਨੌਲੇਜ, ਠੀਕ ਹੈ, ਸਾਨੂੰ ਕੁਝ ਨਵਾਂ ਜਾਣਨ ਨੂੰ ਮਿਲਿਆ ਨਾ ਇਟਾਲੀਅਨ ਬਿਊਟੀ ਦਾ, ਹਨਾ? ਠੀਕ ਹੈ, ਤੇ ਗਾਇਸ ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਅੱਜ ਦਾ ਵਲੌਗ ਬਹੁਤ ਹੀ ਸੋਹਣਾ ਲੱਗਿਆ ਹੋਣਾ, ਆਉਣ ਵਾਲੇ ਵਲੌਗਸ ਦੇ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਮਾਈ ਚੈਨਲ ਨੇਮ ਇਜ਼ ਕਿਰਨ ਨੇਸ਼ਨ।
ਤੇ ਗਾਇਜ਼ ਮੈਨੂੰ ਇੰਸਟਾ ਤੇ ਫੋਲੋ ਕਰੇ ਮੈਂ ਇੰਸਟਾਗ੍ਰਾਮ ਨੇਮ ਇਸ ਕਿਰਨਦੀਪ ਰਾਏ ਵਲੌਗ ਤੇ ਭਾਜੀ ਤੁਸੀਂ ਆਪਣਾ ਇੰਸਟਾ ਦੱਸੋ ਭਾਈ ਮੇਰਾ ਇੰਸਟਾਗ੍ਰਾਮ ਹੈ ਡੁਗਾਟੀ ਅੰਡਰਸਕੋਰ ਚੰਡੀਗੜ੍ਹ ਦੇ ਨਾਂ ਤੇ ਓਕੇ ਹਾਂਜੀ ਠੀਕ ਹੈ ਭਾਜੀ ਬਾਕੀ ਸਾਡੇ ਗਰੁੱਪ ਬਾਰੇ ਕੋਈ ਵੀ ਅਪਡੇਟਸ ਹੁੰਦੀ ਹੈ ਸਾਡੀ ਰਾਈਡਸ ਕਰਦੇ ਆ ਲੌਂਗ ਰਾਈਡਸ ਵੀਕਐਂਡ ਰਾਈਡਸ ਜੇ ਉਹ ਸਾਰੀ ਆਪਣੇ ਇੰਸਟਾ ਤੇ ਅਸੀਂ ਪੋਸਟ ਕਰਦੇ ਹਾਂ ਪੋਸਟ ਕਰ ਦਿੰਦੇ ਹਾਂ ਠੀਕ ਹੈ ਜੇ ਕਿਸੇ ਨੇ ਜੇ ਕੋਈ ਵੱਡੀ ਬਾਈਕ ਛੋਟੀ ਬਾਈਕ ਕੋਈ ਵੀ ਸਾਡੇ ਨਾਲ ਇੰਟਰਸਟਿਡ ਹੋ ਰਾਈਡ ਕਰਨ ਵਾਸਤੇ ਉਹ ਇੰਸਟਾਗ੍ਰਾਮ ਤੇ ਸਾਡੇ ਪੋਸਟ ਦੇ ਕੇ ਰਾਈਡਿੰਗ ਦੇ ਉਹ ਸਾਡੇ ਨੂੰ ਜੁਆਇਨ ਕਰ ਸਕਦੇ ਆ ਸਾਡੇ ਨਾਲ ਰਾਈਡ ਕਰ ਸਕਦੇ ਆ ਚਲੋ ਕੀ ਹੋ ਸੀ ਕਦੇ ਵੀ ਜੁਆਇਨ ਕਰ ਸਕਦਾ ਹੈ ਨਾ ਬਿਲਕੁਲ ਬਿਲਕੁਲ ਚਲੋ ਠੀਕ ਹੈ ਭਾਜੀ ਥੈਂਕ ਯੂ ਸੋ ਮਚ ਬਾਏ ਬਾਏ